ਇੱਕ ਵਾਰੀ ਤਰਤਾਲੀ ਵਾਲੇ ਆਪੋ ਆਪਣੇ ਮਾਪਿਆਂ ਦੀ ਕਿਸੇ ਮਿਲ ਗਏ, ਕਬੱਡੀ ਵਾਲੇ ਸਾਰੇ ਭਰਾ ਤਾੜੀਆਂ ਮਾਰੋ ਯਾਰ। ਬਬਜੀ ਤਗੜਾ ਸੈੱਟ ਮੈਦਾਨ ਦੇ ਵਿੱਚ ਆ ਗਿਆ ਕਿ ਨਿਖਰੇ ਰੰਗ ਗੁਲਾਬਾਂ ਵਰਗੇ, ਨਿਖਰੇ ਰੰਗ ਗੁਲਾਬਾਂ ਵਰਗੇ ਨਹੀਂ ਕੋਈ ਪੁੱਤ ਪੰਜਾਬਾਂ ਵਰਗੇ, ਸੋਖੀ ਨਹੀਂ ਉਹ ਖੇਡ ਲਿਆ ਕਹਿੰਦੇ ਸ਼ੌਕ ਨੇ ਬਸ ਯਾਰ ਨਵਾਂ ਪਾਰ ਗਏ। ਇਹ ਚੋਟੀ ਦੋ ਸੈੱਟ ਆਏ ਮੈਦਾਨ ਦੇ ਵਿੱਚ, 43 ਕਾਪੇ ਘੁਆਲੀ ਬਾ ਮੁਕਾਬਲੇ 44 ਕਾਪੇ ਕਕੜਾ। ਉਹਦੇ 4U ਨਿਊਜ਼ HD YouTube ਕਬੱਡੀ ਚੈਨਲ ਭਾਈ ਕਾਸਮ ਕੁੰਬੋ ਕਰੇਗਾ ਆਪਣੇ ਕੈਮਰੇ ਦੀ ਅੱਖ ਦੇ ਨਾਲ ਅੱਜ ਦੇ ਸਾਰੇ ਮੈਚ ਕੈਚ, ਔਰ ਜਿੰਨੇ ਵੀ ਮੈਚ ਹੋਣਗੇ ਤੁਹਾਨੂੰ 4U ਨਿਊਜ਼ HD ਕਬੱਡੀ YouTube ਚੈਨਲ ਤੇ ਮਿਲ ਸਕਦੇ ਆ। ਚੱਲ ਪਾ ਕਬੱਡੀ, ਇੱਕ ਦੋ ਜਰੀਲਾ ਸਟੋਪਰ, ਇੱਕ ਦੋ ਪ੍ਰਤਾਪ ਸਟੋਪਰ, ਦੇਖਦੇ ਆ ਸੱਜੀ ਗਲੀ ਆਦੇ ਕੇ ਛੋਟੇ ਮੁੰਡੇ ਟਰਾਈ ਕੀਤੀ ਹੈ ਪੁਆਇੰਟ ਕਬੱਤਰ ਦਾ ਦੋਵਾਂ ਕਬੱਡੀ ਕਲੱਬਾਂ ਦੀ ਰਿਕੁਐਸਟ ਹੈ ਛੋਟਾ ਨੁਮਾਇੰਦਾ ਮੇਰੇ ਕੋਲ ਭੇਜ ਦੋ। ਔਰ ਸਾਡਾ ਵੀਰਾ ਨੂਰ ਕੰਬੋ, ਨੂਰੇ ਦੀ ਕੰਬੋ ਯਾਰਾਂ ਦਾ ਯਾਰ ਗਰਾਊਂਡ ਬਸ ਵੈਲਕਮ ਪੁੱਲੀਆਂ ਮਹਾਨ ਜੀ ਐਨ ਫਿਰ ਬੰਦੇ ਵੈਲਕਮ। ਉਤਲੇ ਮੈਚ ਵਾਸਤੇ ਟੀਮਾਂ ਰੈਡੀ ਹੋ ਗਏ, ਉਤਲੇ ਮੈਚ ਵਾਸਤੇ ਕਬੱਡੀ ਪਾਉਣ ਵਾਸਤੇ ਮੁੰਡਾ ਬਿਲਕੁਲ ਤਿਆਰ ਹੋ ਤਿਆਰ। ਇੱਧਰ ਦੇਖ ਦੋ ਨੰਬਰ ਦੇ ਜਾਫਰੀ ਚਮੜਿਆ ਨਾਲ ਪੁਆਇੰਟ 44 ਕਾਪੇ ਕਕੜਾ ਕਬੱਡੀ ਕਲੱਬ ਦੇ ਖਾਤੇ, ਦੂਏ ਪਾਸੇ ਇੱਕ ਜੀ ਫਿਰ ਮੁੰਡਾ ਕਰਾਏਗਾ ਬੱਲੇ ਬੱਲੇ। ਕਬੱਡੀ ਪਾਉਣ ਵਾਸਤੇ ਮੁੰਡਾ ਬਿਲਕੁਲ ਤਿਆਰ ਹੋ ਤਿਆਰ, ਰੱਬ ਸੱਜਣ ਨੂੰ ਕੀਤਾ ਯਾਦ, ਕਰਾਏਗਾ ਬੱਲੇ ਬੱਲੇ। ਚੱਲ ਗੁੰਬਰ ਸ਼ਰਾ ਪਾ ਕਬੱਡੀ ਕੇ ਸੱਜਣੋ ਨੰਬਰ ਲੈਣ ਮਚਲਿਆ, ਪਾਡਿਆਂ ਦੇ ਨਾਲ ਖੈਰ ਮਚਲਿਆ, ਰੱਬ ਦੇ ਅੱਗੇ ਮੱਥਾ ਟੇਕ ਕੇ ਉੱਚੀ ਥਾਂ ਤੇ ਬਹਿਣ ਮਚਲਿਆ। ਪਾਲਿਆ ਕਰੀਆ ਜਾਫੀ ਨੂੰ ਟੱਚ, ਔਰ ਕੀਤਾ ਆਪਣੇ ਕਬੱਡੀ ਕਲੱਬ ਵਾਸਤੇ ਫਿਰ ਪੁਆਇੰਟ ਉਹ ਪਾਸੇ। ਇੱਕ ਵਾਰੀ ਫਿਰ ਬੋਲੇਗਾ ਮੁੰਡਾ ਧਾਵਾ, ਕਰਾਏਗਾ ਬੱਲੇ ਬੱਲੇ। ਇਹਨੂੰ ਪਿੱਛੇ ਕਰ ਦੋ ਬਾਈ, ਕਮੇਟੀ ਦਾ ਲਾਣਾ ਚਾਰ ਕੱਕੜਾਂ ਦੇ ਪੁਆਇੰਟ ਮਖਾਲਾ ਲੈ ਦੋ, ਮਖਾਲਾ ਪਾਣ ਦੇ ਚਾਰ ਕੱਕੜਾਂ ਦੇ ਦੇਣੇ ਆ। ਕਬੱਡੀ ਪਾਉਣ ਵਾਸਤੇ ਮੁੰਡਾ ਬਿਲਕੁਲ ਤਿਆਰ ਬਾਈ ਤਿਆਰ, ਇੱਕ ਵਾਰੀ ਫੇਰ ਕਰੋਨਾ ਪਿਆਰ ਦਾ ਬੱਲੇ ਬੱਲੇ, ਇੱਕ ਵਾਰੀ ਫੇਰ 44 ਕਾਪੇ ਕੱਕੜਾਂ ਦੇ ਧਾਵਾ, ਜਾਫੀ ਚਮੜਿਆ ਨਾਲ ਚਮੜਿਆ ਕਾਲੀ ਕੁਕਰੀ ਕਮਾਂਡੋ ਨਿਕਲੀ, ਉੱਡਦੀ ਨੂੰ ਬਾਜ ਪੈ ਗਿਆ, ਬਾਜ ਪੈ ਗਿਆ। ਆ ਦੇਖ ਜਿਹੜਾ ਯਾਰ ਪੁਆਇੰਟ ਕਬੱਤਰ ਦਾ ਫਾਂਟ ਵੀ ਰੇਡਰ ਦੇ ਖਾਤੇ, ਸਾਡਾ ਵੀਰਾ ਛਿੰਦਾ ਗੁੱਜਰ ਸਿਕੰਦਰ ਗੁੱਜਰ ਔਰ ਬਿਲਾਲ ਕੰਪੋ, ਲਾਲਾ ਬਿਲਾਲ ਦੇ ਨਾਲ ਛਿੰਦਾ ਗੁੱਜਰ ਵੀ ਲੈਂਦੇ ਪਏ ਸਨ ਮੈਚ ਦਾ ਨਜ਼ਾਰਾ। ਬਾਹਰ ਬਹਿ ਕੇ ਬੱਬਰ ਸ਼ੇਰ ਖਿਡਾਰੀ ਦੂਏ ਪਾਸੇ, ਇੱਕ ਵਾਰੀ ਫਿਰ ਮੁੰਡਾ ਕਰਾਏਗਾ ਬੱਲੇ ਬੱਲੇ। ਚੱਲ ਬੱਬਰ ਸ਼ੇਰਾ ਪਾ ਕਬੱਡੀ, ਇੱਧਰ ਦੇਖ ਮਾਰਿਆ ਟੱਚ ਕਰੀਆਂ ਜਾਫੀ ਨੂੰ, ਔਰ
ਚੱਕੇ ਜਾਮ ਕਰਦੇ ਜਾਂਦੇ ਨੇ ਬਾਈ ਤੇ ਰੱਬ ਨਾਲ ਰਾਵੇ ਕਿਸੇ ਬੰਦੇ ਦਾ ਕੰਮ ਨਹੀਂ ਤੇ ਸਾਡੇ ਨਾਲ ਧਰਨੇ ਦਾ ਕਿਸੇ ਵਿੱਚ ਦਮ ਨਹੀਂ ਤੇ 24 ਘੰਟੇ ਨਸ਼ਾ ਰਹਿੰਦਾ ਆਪਣੇ ਯਾਰਾਂ ਦਾ ਬਾਰਸ ਕਦੇ ਦੀਦੀ ਆਪਾਂ ਬਿਸਕੀ ਆਰੰਭ ਨਹੀਂ ਇਹ ਬਾਈ ਮਾਸਟਰ ਰਿਆਜ਼ ਆਪ ਵੀ ਕਰ ਰਹੇ ਨੇ ਸ਼ਗਿਰ ਦਾ ਪਰ ਪੁਆਇੰਟ ਕਬੱਡੀ ਉੱਪਰ ਦਾ ਕਬੱਡੀ ਪਾਉਣ ਵਾਸਤੇ ਇੱਕ ਦੀ ਫਿਰ ਕੀਤੀ ਅੱਲਾ ਤੇ ਵਾਪਾਰੀ ਪੱਤਾਂ ਉੱਤੇ ਤਾਤੀ ਇੱਕ ਦੀ ਫਿਰ ਕਰਾਏਗਾ ਬੱਲੇ ਬੱਲੇ ਕੇ ਚੱਲ ਪਏ ਜੁੱਸਾ ਛੱਡ ਜਵਾਨਾ ਲੱਗੇ ਨਾ ਜਕੰਡ ਜਵਾਨਾ ਪਲਟਾ ਜਿਹੜਾ ਸੋਹਣਿਆ ਬਾਰੇ ਪਏ ਮਦਾਨੇ ਡੰਡ ਜਵਾਨਾ ਉਤਲੇ ਮੈਚ ਵਾਸਤੇ ਟੀਮਾਂ ਗਰਾਊਂਡ ਚਾਹੀਦੇ ਉਤਲੇ ਮੈਚ ਵਾਸਤੇ ਉਤਲੇ ਮੈਚ ਵਾਸਤੇ 43 ਗਾਬੇ ਕੋ ਹਾਲੀ ਕਬੱਡੀ ਕਲੱਬ ਆਮ ਮੁਕਾਬਲਾ 43 ਗਾਬੇ ਮਾਲੂਵਾਲ ਟੀਮਾਂ ਉਤਲੇ ਮੈਚ ਵਾਸਤੇ ਜਰਾ ਗਰਾਊਂਡ ਚਾਹੀਦੇ ਔਰ ਜਰਾ ਸੁਪਰ ਸਟਾਰ ਕਬੱਡੀ ਖਿਡਾਰੀ ਲਾਲਾ ਸਾਹਿਬਨ ਕਹੋ ਗਰਾਊਂਡ ਵੈਲਕਮ ਔਰ ਲਾਲਾ ਰਫਾਨ ਬਿੱਕੋ ਆਸ 45 ਦਾ ਗਰਾਊਂਡ ਵਿੱਚ ਵੈਲਕਮ ਕਬੱਡੀ ਪਾਉਣ ਵਾਸਤੇ ਮੁੰਡਾ ਬਿਲਕੁਲ ਜਾਲਵੇ ਤਿਆਰ ਇੱਕ ਦੀ ਫੇਰ ਮਾਰਿਆ ਟੱਚ ਰੱਗੀ ਤਾਂ ਆਪਣੇ ਕਬੱਡੀ ਕਲੱਬ ਵਾਸਤੇ ਸ਼ੁਰੂ ਕਸਾਈ ਦਾ ਚਿੰਤਾ ਸ਼ਿਗਰਦ ਆਪਣੇ ਕਬੱਡੀ ਕਲੱਬ ਵਾਸਤੇ ਮੁੰਡੇ ਦੇ ਜੋੜਿਆ ਲੱਖਾਂ ਦਾ ਪੁਆਇੰਟ ਕਬੱਡੀ ਪਾਉਣ ਵਾਸਤੇ ਮੁੰਡਾ ਬਿਲਕੁਲ ਜਾਪੇ ਤਿਆਰ ਇੱਕ ਦੀ ਫੇਰ ਮਾਰਿਆ ਟੱਚ ਦੋ ਨੇ ਗੁਰੂ ਜਾਫੀ ਨੂੰ ਛੇੜਿਆ ਪੁਆਇੰਟ ਦਾ ਕੀਤਾ ਫਿਰ ਵਾਧਾ ਕਬੱਡੀ ਪਾਉਣ ਵਾਸਤੇ ਅਗਲੀ ਕਬੱਡੀ ਅਗਲਾ ਵਾਰਾ ਕਬੱਡੀ ਪਾਉਣ ਵਾਸਤੇ ਮਾਸਟਰ ਰਿਆਜ਼ ਦਾ ਛਿੰਕਾ ਸ਼ਿਗਰਦ ਗਰੁੱਪ ਦਾ ਪ੍ਰਯਾਸ ਕਰ ਬੱਲੇ ਬੱਲੇ ਨਿੱਕਰ ਨੂੰ ਠੰਡਿਆ ਗੱਡੀ ਸੱਜੇ ਗੱਡੀ ਗੱਡੇ ਇੱਕ ਤੋਂ ਇੱਕ ਤਰਲਾ ਪਿਸਟੋ ਪਰੇ ਕਿਤੇ ਇੱਕ ਜਿਹੜੀ ਸਟੋਕਰ ਆ ਦੇਖ ਬਾਈ ਆ ਦੇਖ ਚੱਕੇ ਜਾਵ ਕਰਦੇ ਜਾਫੀ ਨੇ ਚੱਕੇ ਜਾਵ ਕਰਦੇ ਕਬੱਡੀ ਪੰਜਾਬੀ ਤਾਰੀ ਟਿਕਾ ਕੇ ਮਾਰੋ ਜਾਫੀ ਵਾਸਤੇ ਪਰ ਮਿੱਠੀ ਬੱਬਰ ਸ਼ੇਰ ਕਬੱਡੀ ਪਾਉਣ ਵਾਸਤੇ ਚੱਲ ਪਈ ਰਾਜਪੂਤਾਂ ਦਾ ਸ਼ੇਰ ਪੁੱਤ ਰਾਣਾ ਮਿੱਟੂ ਇਸ ਟਾਈਮ ਕਰੰਦਾ ਪਿਆ ਬੱਲੇ ਬੱਲੇ ਚੱਲ ਪਈ ਰਾਣਿਆ ਮਾਰਿਆ ਟੱਚੇ ਰਾਣੇ ਮਿੱਟੀ ਨੇ ਆਪਣੇ ਕਬੱਡੀ ਕਲੱਬ ਵਾਸਤੇ ਫੇਰ ਲੱਖਾਂ ਦਾ ਪੁਆਇੰਟ ਦੂਏ ਪਾਸੇ ਇੱਕ ਨੂੰ ਫਿਰ ਮੁੰਡਾ ਕਰਾਏਗਾ ਬੱਲੇ ਬੱਲੇ ਚੱਲ ਪਈ ਫਿਰੋਂ ਕਸਾਈ ਦਾ ਚਿੰਤਾ ਸ਼ਿਗਰਦ ਘਰ ਦਾ ਪਿਆ ਪੋਲੇ ਪੋਲੇ ਪਵਨ ਘਰ ਤੇ ਮਾਲ ਤੇ ਟੇਕਿਆ ਮੱਥਾ ਫੋਰ ਯੂਨੀਵਰਸ ਐਚਡੀ ਯੂਟਿਊਬ ਕਬੱਡੀ ਚੈਨਲ ਕਰੰਦਾ ਪਿਆ ਪੂਰੀ ਬੰਦੀ ਚਾਈ ਦਾ ਮੈਚ ਲਾਈਵ ਚੱਲ ਬੱਬਰ ਸਿੰਘ ਪਾ ਕਬੱਡੀ ਇੱਕ ਤੋਂ ਇੱਕ ਦਰ ਰਾਤੇ ਇੱਕ ਤੋਂ ਜਿਹੜੀ ਦਾ ਸਟੋਪਰ ਉਹਦੇ ਭਾਵੇਂ ਨੂੰ ਦੇਖ ਕੇ ਕਹਿਣ ਜਾਫੀ ਸਮਝ ਗਿਆ ਤੇਰੇ ਬਾਹਰ ਆਖਾ ਸਭ ਤੋਂ ਬਚ ਕੇ ਜਾਣਾ ਹੈ ਬਹੁਤ ਔਖਾ ਇੱਕ ਬੜੀ ਤੋਂ ਹੱਥ ਤੇ ਲਾ ਰੱਖਾ ਪੁਆਇੰਟ ਕਹਿੰਦੇ ਕਬੱਡੀ ਦਾ ਦੂਏ ਪਾਸੇ ਇੱਕ ਵਾਰੀ ਫੇਰ ਬੋਲਦਾ ਹੋਇਆ ਧਾਵਾ ਹੈਦਰ ਬੱਬਰ ਸ਼ੇਰ ਦਾ ਬੋਲਿਆ ਹੋਇਆ ਧਾਵਾ ਇਹ ਬਾਈ ਨਿੱਕਾ ਮੈਚ ਆ ਰਿਹਾ ਪੁਆਇੰਟ ਕਬੱਡਰ ਦੇ ਖਾਤੇ ਪੁਆਇੰਟ ਹੋ ਗਿਆ ਫੀਚਰ ਦਾ ਅਗਲੀ ਕਬੱਡੀ ਪਾਉਣ ਵਾਸਤੇ ਮੁੰਡਾ ਬਿਲਕੁਲ ਤਿਆਰ ਬਈ ਤਿਆਰ ਇੱਕ ਵਾਰੀ ਫੇਰ ਗਰਾਏਗਾ ਬੱਲੇ ਬੱਲੇ ਇੱਕ ਵਾਰੀ ਫੇਰ ਧਰਤੀ ਮਾਲ ਤੇ ਟੇਕਿਆ ਮੱਥਾ ਚੱਕ ਨੰਬਰ 43 ਦਾ ਬਿਨਾ ਵਰ ਦਾ ਵਾਸਤਾ 43 ਦਾ ਇੱਕ ਕਬੱਡੀ ਕਲੱਬ ਦੀ ਕਰਦਾ ਪਿਆ ਨੁਮਾਇੰਦਗੀ ਇੱਧਰ ਵੇਖ ਜਾਫੀ ਚਮੜਿਆ ਰਾਣਾ ਮਿੱਠੂ ਰਿਫਾਇਟ ਕਬੱਡਰ ਦਾ ਪੁਆਇੰਟ ਹੋ ਗਿਆ ਰੱਡਨ ਦੇ ਖਾਤੇ ਕਬੱਡੀ ਪਾਉਣ ਵਾਸਤੇ ਮੁੰਡਾ ਬਿਲਕੁਲ ਤਿਆਰ ਬਈ ਤਿਆਰ ਚੱਲ ਪਈ ਅਹਿਮਦ ਅਲੀ ਪਾ ਕਬੱਡੀ ਅਹਿਮਦ ਅਲੀ ਇੱਕ ਤੋਂ ਇੱਕ ਤਰਨਾ ਪਿਸਟੋਪਰ ਹੈ 43 ਗਾਬੇ ਦੀਆਂ ਚਾਰ ਚੌਕਾ ਮਾਰ ਰਿਹਾ ਅਹਿਮਦ ਨੇ ਟੱਚਰ ਆਪਣੇ ਕਬੱਡੀ ਕਲੱਬ ਵਾਸਤੇ ਫੇਰ ਲੱਖਾਂ ਦਾ ਫਾਰ ਜੋੜਿਆ ਕਬੱਡੀ ਪਾਉਣ ਵਾਸਤੇ ਚੱਲ ਪਈ ਆ ਗਿਆ ਰਫਾਨ ਬੱਬਰ ਸ਼ੇਰ ਚੱਲ ਪਈ ਰਫਾਨ ਪਾ ਕਬੱਡੀ ਇੱਕ ਤੋਂ ਇੱਕ ਤਰਨਾ ਆ ਦੇਖ ਕਿਹੜਾ ਥਲ ਬੰਦਾ ਕਿਹੜਾ ਹੁੰਦਾ ਵਿੱਚ ਕੇ ਮੋਹਰੇ ਕਿਹੜਾ ਫਾਟਕ ਲੰਦਾ ਕਿਹੜਾ ਸੜੀਆਂ ਗਾਜ ਕਰਨ ਦਾਦੀ ਬੰਦਾ ਜਾਫੀ ਚਮੜ ਗਿਆ ਨਾਲ ਜਾਫੀ ਚਮੜ ਗਿਆ ਔਰ ਦੇਖ ਪੁਆਇੰਟ ਕਹਿੰਦੇ ਇਰਫਾਨ ਬੱਬਰ ਸ਼ੇਰ ਦਾ ਅਗਲੀ ਕਬੱਡੀ ਪਾਉਣ ਵਾਸਤੇ ਫੇਰ ਮੁੰਡਾ ਆ ਗਿਆ
ਚੱਲ ਵੀ ਬੱਬਰ ਸ਼ਰਾਫਾ ਕਬੱਡੀ ਸਰਦਾਰ ਅਲੀ ਕੰਬੋ ਕੰਬੋ ਦਾ ਪੁੱਤ ਇੱਕ ਨੂੰ ਫੇਰ ਕਰਾਏਗਾ ਬੱਲੇ ਬੱਲੇ ਤੇ ਕੁੱਕੜ ਕਾ ਕੰਬੋ ਕਬੀਲਾ ਪਾਂਡੇ ਕਬੀਲਾ ਪਾਂਡਾ ਸਰਦਾਰ ਬੱਬਰ ਸ਼ੇਰ ਮਾਰਿਆ ਜਾਫੀ ਨੂੰ ਟੱਚ ਇੱਕ ਸਰਦਾਰ ਬੱਬਰ ਸ਼ੇਰ ਪਿੰਡ 44 ਦਾ ਇੱਕ ਕੱਕੜਾ ਔਰ ਇੱਕ ਕੰਬੋ ਦੇ ਪੁੱਤ ਨੇ ਆਪਣੇ ਕਬੱਡੀ ਕਲੱਬ ਵਾਸਤੇ ਫੇਰ ਲੱਖਾਂ ਦਾ ਫੈਂਟ ਜੋੜਿਆ ਉਤਲੇ ਮੈਚ ਵਾਸਤੇ ਟੀਮਾਂ ਜ਼ਰੂਰ ਚਾਹੋ ਉਤਲੇ ਮੈਚ ਵਾਸਤੇ ਟੀਮਾਂ ਜ਼ਰੂਰ ਚਾਹੋ ਕਬੱਡੀ ਖਾਣ ਵਾਸਤੇ ਮੁੰਡਾ ਫੇਰ ਬਿਲਕੁਲ ਤਿਆਰ ਹੋ ਤਿਆਰ ਚੱਲ ਵੀ ਮੁੰਡਿਆ ਪਾ ਕਬੱਡੀ ਜਿਹੜਾ ਹੁੰਦਾ ਮਿੱਟ ਕੇ ਮੋਹਰੇ ਮਾਰਿਆ ਟੱਚ ਅਰੇ ਦੇਖ ਫੇਰ ਆਪਣੇ ਕਬੱਡੀ ਕਲੱਬ ਵਾਸਤੇ ਜਿਹੜੇ ਲੱਗੇ ਦਾ ਫੈਂਟ ਜਨਾਬ ਰਾਣਾ ਬੈਸ ਸਾਹਿਬ ਬਹੁਤ ਸ਼ੁਕਰੀਆ ਮੁਨੀਰ ਦੁਕਾਨਦਾਰ ਸਾਹਿਬ ਮੋਹਸਨ ਦੁਕਾਨਦਾਰ ਸਾਹਿਬ ਹਾਫਿਜ਼ ਫੈਸਲ ਸਾਹਿਬ ਉਸਤਾਦ ਰਸੀਫ ਸਾਹਿਬ ਉਮਰ ਰਹਿਮਾਨੀ ਸਾਹਿਬ ਬਹੁਤ ਸ਼ੁਕਰੀਆ ਆਜ਼ਮ ਜੱਗ ਸਾਹਿਬ ਸਕਲੈਨ ਦੁਕਾਨਦਾਰ ਡਾਕਟਰ ਬਫਾਕਰ ਸਾਹਿਬ ਅਬਾਸ ਦੁਕਾਨਦਾਰ ਰਾਣਾ ਅਬਦੁਲ ਰਜ਼ਾਕ ਸਾਹਿਬ ਬਹੁਤ ਬਹੁਤ ਸ਼ੁਕਰੀਆ ਔਰ ਪੁਆਇੰਟ ਹੋ ਗਿਆ ਅਹਿਮਦ ਬੱਬਰ ਸ਼ੇਰ ਦਾ ਜਨਾਬ ਰਸੀਫ ਜੱਗ ਆਪ ਸਦੀਆਂ ਦਾ ਬਹੁਤ ਸ਼ੁਕਰੀਆ ਰਾਣਾ ਅਸਮਾਨ ਆਫ ਬਹਿਰੂਨ ਰਾਣਾ ਫੈਸਲ ਆਫ ਬਹਿਰੂਨ ਰਾਣਾ ਅਸੀਬ ਆਫ ਬਹਿਰੂਨ ਰਾਣਾ ਅਬਦੁੱਲਾ ਆਫ ਬਹਿਰੂਨ ਰਮਜ਼ਾਨ ਕੰਬੋ ਕਸਾਈ ਬੱਬਰ ਸ਼ੇਰ ਦੂਜੇ ਪਾਸੇ ਚੱਲ ਪਈ ਹੈਦਰ ਅਲੀ ਸੋਹਣੇ ਪਾ ਕਬੱਡੀ ਹੈਦਰ ਅਲੀ ਬੱਬਰ ਸ਼ੇਰ ਇਸ ਟਾਈਮ ਮੈਦਾਨ ਦੇ ਵਿੱਚ ਧਾਵਾ ਮੈਦਾਨ ਕਰੇਗਾ ਫੈਸਲਾ ਕਿਹੜਾ ਜਾਏਗਾ ਜਿੱਤ ਕੇ ਇੱਧਰ ਕੁੱਟੀ ਪਾਤੀ ਆ ਦੇ ਕਿਹੜਾ ਫੇਰ ਗਿਆ ਕਿਹੜੀ ਖਿਡਾਰੀ ਲੜ ਗਈ ਕਿਹੜਾ ਸਟੈਂਡ ਲੈ ਗਿਆ ਉਹ ਤਾੜੀਆਂ ਮਾਰ ਸਰੇ ਪਿਆ ਰਲ ਕੇ ਔਰ ਪੁਆਇੰਟ ਜੀ ਸਟੋਪਰ ਦੇ ਖਾਤੇ ਪੁਆਇੰਟ ਦਾ 43 ਦਾ ਤੇ ਕੋਹਲੀ ਕਬੱਡੀ ਕਲੱਬ ਦਾ ਅਗਲੇ ਕਬੱਡੀ ਬਣ ਵਾਸਤੇ ਮੋਟਾ ਬਿਲਕੁਲ ਕਰ ਦੇ ਤਿਆਰ ਚੱਲ ਵੀ ਮਾਸਟਰ ਰਿਆਜ਼ ਤੇ ਕੀਤੀਆਂ ਮਿਹਨਤਾਂ ਮਾਸਟਰ ਰਿਆਜ਼ ਤੇ ਅੱਤ ਵਾਲੇ ਤੇ ਕੀਤੀਆਂ ਹੋਈਆਂ ਮਿਹਨਤਾਂ ਚੱਲ ਮੁੰਡਿਆ ਪਾ ਕਬੱਡੀ ਇੱਕ ਤੋਂ ਇੱਕ ਜ਼ਰੀਲਾ ਆ ਦੇਖ ਚੱਲਿਆ ਜਾਪੀ ਫੇਰ ਨਾਲ ਜਾਣਾ ਕਿਧਰ ਨੂੰ ਦਾ ਪੁੱਜਣਾ ਜਾਲ ਸ਼ੁਰੂ ਆ ਕੇ ਬਹੁਤ ਔਖਾ ਭੱਜਣਾ ਜਾਣ ਸ਼ੁਰੂ ਆ ਕੇ ਬਹੁਤ ਔਖਾ ਨਾਲ ਡਾਂਡੇ ਆ ਦੇ ਜਦ ਮੇਲ ਪੈ ਜੇ ਕੀ ਮਜਾ ਲੈ ਬੜੇ ਦਾ ਫੇਰ ਉਸ ਦੀ ਜਿਸ ਮਿੱਟੀ ਤੇ ਮਿੱਟੀ ਦਾ ਤੇਲ ਪੈ ਜੇ ਪੁਆਇੰਟ ਫੇਰ ਸਟੋਪਰ ਦਾ ਅਗਲੀ ਕਬੱਡੀ ਬਣ ਵੱਲ ਚੱਲ ਪਈ ਅਹਿਮਦ ਅਲੀ ਬੱਬਰ ਸ਼ੇਰਾ ਪਾ ਕਬੱਡੀ ਅਹਿਮਦ ਅਲੀ ਨੇ ਖਿਲਾੜੀਆਂ ਬਾਜ ਨੂੰ ਬਾਵਾ ਕਿਹੜਾ ਪਾਟ ਕਰਦਾ ਕਿਹੜਾ ਮਿੱਟ ਕੇ ਹੁੰਦਾ ਮੋਰੇ ਕਿਹੜਾ ਟਰਾਈ ਕਰਦਾ ਕਿਹੜਾ ਦਲੇਰੀ ਕਰਦਾ ਕਿਰਨਾ ਸਟੋਪਰ ਫੇਰ ਚੱਜ ਜਾਪੀ ਚਮੜਿਆ ਟੇਕ ਟੇਪੜਿਆ ਔਰ ਪੁਆਇੰਟ ਫਿਰ ਅਹਿਮਦ ਬੱਬਰ ਉਤਲੇ ਮੈਚ ਪਾਸੇ ਟੀਮ ਆ ਜਾਓ ਬਾਈ ਉਤਲੇ ਮੈਚ ਪਾਸੇ ਟੀਮ ਆ ਜਾਓ ਆ ਜਾਓ ਬਾਈ ਉਤਲੇ ਮੈਚ ਪਾਸੇ ਟੀਮ ਆ ਗਰਾਊਂਡ ਚਾਹੋ ਉਤਲੇ ਮੈਚ ਵਾਸਤੇ 48 ਕਰਦੇ 48 ਕਰਦੇ ਬਾਲੂਵਾਲ ਕਬੱਡੀ ਕਲੱਬ ਦਾ ਮੁਕਾਬਲਾ 48 ਕਰਦੇ ਕੋਹਾਲੀ ਦੋਵੇਂ ਟੀਮਾਂ ਉਤਲੇ ਮੈਚ ਪਾਸੇ ਗਰਾਊਂਡ ਚਾਹੋ ਕਬੱਡੀ ਬਣ ਵਾਸਤੇ ਫੇਰ ਇੱਕ ਵਾਰੀ 43 ਕਰਦੇ ਕੁਹਾੜੀ ਵਾਲੇ ਇੱਕ ਵਾਰੀ ਤਾੜੀ ਟਿਕਾ ਕੇ ਮਾਰੋ ਇਰਫਾਨ ਬੱਬਰ ਸ਼ੇਰ ਇਹ ਪੁਰਾਣਾ ਡੇਡਰਾ ਔਰ ਪੁਆਇੰਟ ਕਿਤੇ ਇਰਫਾਨ ਬੱਬਰ ਸ਼ੇਰ ਦਾ ਅਗਲੀ ਕਬੱਡੀ ਬਣ ਵਾਸਤੇ ਚੱਲ ਪਈ ਪਾ ਕਬੱਡੀ ਅਸਰਾਰ ਅਲੀ ਕੰਬੋ ਕੰਬੋ ਦਾ ਪੁੱਤ ਪਿੰਡ 44 ਕਰਦੇ ਕੱਕੜਾਂ ਦੀ ਧਰਤੀ ਮਾਰਿਆ ਟੱਜ ਚੰਗੀ ਕਣੀ ਤੇ ਮਾਰਿਆ ਟੱਜ ਜਾਪੀ ਹੋਇਆ ਮਿੱਟ ਕੇ ਮੋਹਰੇ ਔਰ
ਦੇਖਣਾ ਪੈਣਾ ਰਾਬੜੀ ਸਾਹਿਬ ਕੀ ਕਹਿੰਦੇ ਕਹਿੰਦੇ ਪੁਆਇੰਟ ਸਰਦਾਰ ਕੱਪੋ ਦਾ ਪੁਆਇੰਟ ਹੋ ਗਿਆ ਸਰਦਾਰ ਕੱਪੋ ਸ਼ੇਤ ਖੱਟੇ ਅਗਲੀ ਕਬੱਡੀ ਪਾਉਣ ਵਾਸਤੇ ਮੁੰਡਾ ਬਿਲਕੁਲ ਤਿਆਰ ਮੈਂ ਤਿਆਰ ਚੱਲ ਪਿੱਕ ਸਾਈਆਂ ਦਾ ਪੁੱਤ ਈਸਾਈਆਂ ਦਾ ਪੁੱਤ ਧਰਤੀ ਮਾਂ ਤੇ ਟੇਕਿਆ ਮੱਤਾ ਬੋਲੇ ਬੋਲੇ ਬਾਬਾ ਧਰਦਾ ਹੈਗਾ ਇੱਕ ਵਾਰੀ ਫੇਰ ਕਰੋਂਦਾ ਪਿਆ ਸਟੰਪ ਬੱਲੇ ਬੱਲੇ ਇੱਕ ਤੇ ਇੱਕ ਧਰਦਾ ਤੇ ਇੱਕ ਤੇ ਜਿਹੜੀ ਲਾਸਟੇ ਪਰ ਬੱਲੇ ਬੱਲੇ ਦੀ ਕਬੱਡੀਏ ਸ਼ਾਬਾ ਸ਼ਾਬਾ ਦੀ ਕਬੱਡੀਏ ਖੇਡੇ ਤੇ ਤੂੰ ਨਿੱਕਾ ਨਾਲੇ ਵੱਡਾ ਨਹੀਂ ਕਬੱਡੀਏ ਜੱਗ ਉੱਤੇ ਲੈ ਇਹੋ ਬਸਰਾ ਬੱਗੇ ਦੁਆਵਾਂ ਮੇਰੀਆਂ ਅਹਿਮਦ ਰਾਜਪੂਤ ਫੇਰ ਗਿਆ ਰਾਜਪੂਤ ਅਹਿਮਦ ਰਾਜਪੂਤ ਅਰੇ ਪੁਆਇੰਟ ਜੀ ਪੁਆਇੰਟ ਕਹਿੰਦਾ ਜੀ ਪੁਆਇੰਟ ਕਹਿੰਦਾ ਕੋਚ ਵੀ ਫੈਸਲਾ ਕਰ ਦਿੰਦਾ ਇਹ ਬੱਬਰ ਸਿੰਘ ਆਪਣੀ ਨਲਕੇ ਲਾਉਣਾ ਇਹਨੇ ਪੁਆਇੰਟ ਸਟੋਪਰ ਦਾ ਜੀ ਜੀ ਪੁਆਇੰਟ ਹੋ ਗਿਆ 44 ਦਾ ਟਿਕਣਾ ਦਾ ਕਬੱਡੀ ਪਾਉਣ ਵਾਸਤੇ ਮੁੰਡਾ ਬਿਲਕੁਲ ਤਿਆਰ ਬੈਠਿਆ ਇੱਕ ਵਾਰੀ ਫੇਰ ਬੋਲਿਆ ਹੋਇਆ ਧਾਰਾ ਮੈਦਾਨ ਦੇ ਵਿੱਚ ਖਿਲਾੜੀਆਂ ਫੇਰ ਬਾਜ ਨੂੰ ਬਾਹਵਾ ਜਾਤੀ ਚੱਕਣ ਵਾਸਤੇ ਚਾਰ ਤਿਆਰ ਮਾਰਿਆ ਟਾਚਰ ਫੇਰ ਆਪਣੇ ਕਬੱਡੀ ਖਿਲਾੜ ਵਾਸਤੇ ਮੁੰਡੇ ਨੇ ਕੀਤਾ ਹੋਇਆ ਪੁਆਇੰਟ ਦੂਏ ਪਾਸੇ ਆ ਗਿਆ ਅਰਫਾਨ ਬੱਬਰ ਸ਼ੇਰ ਚੱਲ ਕੇ ਅਰਫਾਨ ਸੋਹਣਿਆ ਪਾ ਕਬੱਡੀ ਇੱਕ ਤੋਂ ਇੱਕ ਪਰਨਾਤ ਇੱਕ ਤੋਂ ਇੱਕ ਜੁਰੀ ਮਾਸਟਰ ਪਰ ਕਿਹੜਾ ਵਿੱਚ ਖੇਡਦਾ ਮੁੰਡੇ ਕਿਹੜਾ ਫਾਟ ਲੈਂਦਾ ਮੁੰਡੇ ਨੇ ਗੁੱਟ ਫੜ ਲਿਆ ਮੁਕੰਮਲ ਰਾਜਪੂਤ ਪੁਆਇੰਟ ਅਰਫਾਨ ਬੱਬਰ ਸ਼ੇਰ ਦਾ ਪੁਆਇੰਟ ਹੋ ਗਿਆ ਅਰਫਾਨ ਬੱਬਰ ਸ਼ੇਰ ਦੇ ਖਾਤੇ ਅਗਲੀ ਕਬੱਡੀ ਪਾਉਣ ਵਾਸਤੇ ਮੁੰਡਾ ਬਿਲਕੁਲ ਤਿਆਰ ਬੈਠਿਆ ਚੱਲ ਪਈ ਹਾਦਰ ਵਾਲੀ ਪਾ ਕਬੱਡੀ ਹਾਦਰ ਵਾਲੀ ਮੈਦਾਨ ਦੇ ਵਿੱਚ ਇੱਕ ਵਾਰੀ ਫੇਰ ਖੇਲਿਆ ਹੋਇਆ ਧਾਵਾ ਇੱਕ ਤੋਂ ਇੱਕ ਤੁਰਨਾ ਸਟੋਪਰ ਇੱਕ ਤੋਂ ਇੱਕ ਜਰੀਲਾ ਇੱਕ ਨਹੀਂ ਦੋ ਨਹੀਂ ਤਿੰਨ ਨੂੰ ਅਸੀਂ ਆ ਚਾਰ ਭਰਾ ਜਿਹੜਾ ਜਗ੍ਹਾ ਲੱਗਦਾ ਕੋਸ਼ ਮੇਲਾ ਅਗਲੇ ਮੈਚ ਵਾਸਤੇ ਟੀਮਾਂ ਜ਼ਰੂਰ ਚਾਹੋ 43 ਗਾਬੇ ਘੋਹਾਲੀ ਕਬੱਡੀ ਕਲੱਬ ਦਾ ਮੁਕਾਬਲਾ 48 ਗਾਬੇ ਮਾਲੂਆ ਕੋਚ ਸੁਹੇਲ ਸਾਹਿਬ ਕਾਕਾ ਮਹਿਰ ਆਪਣ ਮਹਿਰ ਸ਼ਾਜੀ ਬੱਬਰ ਸਿੰਘ ਟੀਮ ਕਮਾਂਡ ਲੈ ਕੇ ਇੱਧਰ ਦੇਖ ਮਿੱਠੂ ਰਾਜਪੂਤ ਫੇਰ ਮਿੱਠੂ ਰਾਜਪੂਤ ਮਿੱਠੂ ਰਾਜਪੂਤ ਨੇ ਸਾਰੇ ਰਾਤ ਬੰਦ 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 ਕਰ ਦਿੱਤੇ ਆ ਇਹ ਮਿੱਠੂ ਰਾਜਪੂਤ ਫੇਰ ਗਿਆ ਪੁਆਇੰਟ ਮਿੱਠੂ ਰਾਜਪੂਤ ਦਾ ਪੁਆਇੰਟ 44 ਗਾ ਦੇ ਟੱਕਣਾ ਕਬੱਡੀ ਕਲੱਬ ਦਾ ਅਗਲੀ ਕਬੱਡੀ ਪਾਉਣ ਵਾਸਤੇ ਫੇਰ ਅਹਿਮਦ ਅਲੀ ਬੱਬਰ ਸ਼ੇਰ ਚੱਲ ਪਈ ਅਹਿਮਦ ਅਲੀ ਪਾ ਕਬੱਡੀ ਅਹਿਮਦ ਅਲੀ ਇੱਕ ਤੋਂ ਇੱਕ ਤਰਨੱਤ ਇੱਕ ਤੋਂ ਇੱਕ ਜ਼ਰੀਲਾ ਸਟੋਪਰ ਕਿਹੜਾ ਫਾਟ ਕਰਾਉਂਦਾ ਕਿਹੜਾ ਵਿੱਚ ਕੇ ਹੁੰਦਾ ਮੋਰੇ ਜਾਫੀ ਫੇਰ ਗਲੀਆਂ ਜਾਫੀ ਦੋਰਿਆ ਦੋਰਿਆ ਗਲੇਰੀ ਕੀਤੀ ਆ ਪੁਆਇੰਟ ਫੇਰ ਕਬੱਡੀ ਪਾਏਗਾ ਫਿਰ ਕਿਸਾਈਆਂ ਦਾ ਪੁੱਤ ਕਿਸਾਈਆਂ ਦਾ ਪੁੱਤਰ ਦੇਖ ਜਾਪੀ ਫੇਰ ਅਹਿਮਦ ਰਾਜਪੂਤ ਤਰਤਾਲੀ ਗਾਬੇ ਘੋਹਾਲੀ ਕਮੇਟੀ ਟੀਮ ਸਾਰੀ ਟੀਮ ਕਿੱਟ ਕਰੇ ਸਟੇਜ ਦੀ ਬੈਸ ਆ ਕੇ ਟੀਮ ਕਿੱਟ ਕਰੇ ਆ ਗਏ
ਤਰਤਾਲੀ ਕਾ ਬੁੱਕ ਵਾਲੇ ਦੇ ਜਿੰਨੇ ਵੀ ਮੁੰਡੇ ਆ ਸਟੇਜ ਦੀ ਬੈਚ ਹੈ ਤਾਂ ਕਿੱਟ ਕਰ ਔਰ ਪੁਆਇੰਟ ਫਿਰ ਕਬੱਡਰ ਦਾ ਕਬੱਡੀ ਪਾਉਣ ਵਾਸਤੇ ਫਿਰ ਮੁੰਡਾ ਇੱਕ ਵਾਰੀ ਆ ਦੇਖ ਕਿਹੜਾ ਚਮੜਿਆ ਕਿਹੜਾ ਚਮੜਿਆ ਇੱਕ ਵਾਰ ਇੱਕ ਵਾਰੀ ਤਾਰੀ ਟਿਕਾਇਆ ਮਹਾਰਾਜ ਆਪੀ ਜੀ ਇਹ ਬਿੱਲਾ ਮਹਿਰ ਸਦਕੇ ਮਹਿਰਾ ਪੁਆਇੰਟ ਕਹਿੰਦੇ ਬਿੱਲੇ ਮਹਿਰ ਦੇ ਖਾਤੇ ਬਿੱਲੇ ਮਹਿਰ ਉਹ ਬਲਾਲ ਕਮੋਖ ਨਾਮ ਲੈ ਗਿਆ ਬਿੱਲੇ ਮਹਿਰ ਉਹ ਪੁਲਿਸ ਦਾ ਬਲਾਲ ਕਮੋਖ ਸ਼ਿੰਦਾ ਗੁਜਰ ਸੋਤੇ ਆ ਉਹਨਾਂ ਦਾ ਨਾਮ ਲੈ ਗਿਆ ਬਲਾਲ ਕਮੋ ਦੋ ਨਾਮ ਯਾਰ ਮੁੰਡੇ ਨੂੰ ਔਰ ਇੱਧਰ ਦੇਖ ਫਿਰ ਇੱਧਰ ਦੇਖ ਮਾਰਿਆ ਫਿਰ ਟੱਚ ਕੀਤਾ ਆਪਣੇ ਕਬੱਡੀ ਖਿਲਾਫ ਪਾਸੇ ਲੱਖਾਂ ਦਾ ਪੁਆਇੰਟ ਬਿੱਲੇ ਮਹਿਰ ਬੋਤੋ ਬਲਾਲ ਕਮੋਖ ਸੋਤਾ ਸਾਹਮਣੇ ਦੇਖ ਇੱਥੋਂ ਵੀ ਨਾਮ ਲੈ ਗਿਆ ਬਲਾਲ ਕਮੋਖ ਨਾਮ ਲੈ ਗਿਆ ਕਬੱਡੀ ਪਾਈ ਇੱਕ ਵੀ ਫਿਰ ਬਲਾਲ ਕਮੋਖ ਹੱਥ ਖੜਾ ਕਰੀ ਉੱਪਰ ਫਿਰ ਭੱਜ ਕੇ ਜਾ ਭੱਜ ਕੇ ਸਾਹਮਣੇ ਬਲਾਲ ਕਮੋਖ ਖੜਾਈ ਔਰ ਇੱਧਰ ਦੇਖ ਜਾਤੀ ਫਿਰ ਚਮੜਿਆ ਇੱਧਰ ਨੀ ਪੁੱਛੋ ਮਸੂਲ ਪੈਸੇ ਦੇਣੇ ਤੁਹਾਨੂੰ ਇਹ ਜਾਤੀ ਜਾਲ ਸਾਹਮਣੇ ਕਮੋਖ ਜਾਲ ਤੋਂ ਆਜੋ ਬਾਈ ਉਤਲੇ ਮੈਚ ਵਾਸਤੇ ਟੀਮਾਂ ਗਰਾਊਂਡ ਚ ਆਜੋ ਉਤਲੇ ਮੈਚ ਵਾਸਤੇ ਟੀਮਾਂ ਗਰਾਊਂਡ ਚ ਆਜੋ ਦੂਜੇ ਪਾਸੇ ਫਿਰ ਇੱਕ ਵਾਰੀ ਪ੍ਰਦਾਨ ਕਰੇਗਾ ਫੈਸਲਾ ਕਿਹੜਾ ਜਾਏਗਾ ਜਿੱਤ ਕੇ ਜਿਹਨੂੰ ਕਦੇ ਬੋਲਾ ਮਾਰਿਆ ਫਿਰ ਟੱਚ ਰਫਾਨ ਮਗਰ ਸ਼ੇਰ ਨੇ ਔਰ ਇੱਧਰ ਟੀਮ ਆਈ ਗਰਾਊਂਡ ਦੇ ਵਿੱਚ ਚੱਕ ਨੰਬਰ 48 ਦਾ ਬੇਮਾਲੂਵਾਲ ਮੰਨੀ ਤਰੰਗੀ ਅਕੈਡਮੀ ਮੰਨਿਆ ਤਰੰਗਿਆ ਚੋਟੀ ਦਾ ਬੇਟਾ ਦੀ ਕਬੱਡੀ ਦਾ ਸੁਪਰ ਸਟਾਰ ਇੱਧਰ ਮੈਦਾਨ ਦੇ ਵਿੱਚ ਜਨਾਬ ਮਕਬੂਲ ਗੁੱਜਰ ਆਫ ਤਾਲੀਗਾ ਦੇ ਟੇਡਰਾ ਪਾਕਿਸਤਾਨ ਆਰਮੀ ਸੁਪਰ ਸਟਾਰ ਕਬੱਡੀ ਖਿਡਾਰੀ ਗਰਾਊਂਡ ਨੰਬਰ 12 ਦਾ ਉਸਤਾਦ ਪਾਸੂ ਆਫ ਤਾਲੀਗਾ ਕਬੱਡੀ ਗਰਾਊਂਡ ਨੰਬਰ 12 ਦਾ ਔਰ ਸਾਡੇ ਉਸਤਾਦ ਦੇ ਮੋਹਤਰਮ ਸੁਹੇਲ ਆਫ ਤਾਲੀਗਾ ਦੇ ਗਰਾਊਂਡ ਨੰਬਰ 12 ਦੇ ਸੁਹੇਲ ਖੋਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਔਰ ਟੀਮ ਆਈ ਮੈਦਾਨ ਦੇ ਵਿੱਚ ਆ ਗਿਆ ਬਨਾਰ ਬੱਬਰ ਸ਼ੇਰ ਤੰਜੀਰ ਗੁੱਜਰ ਮੈਦਾਨ ਦੇ ਵਿੱਚ ਆ ਗਿਆ ਇਹ ਅਮਰ ਮਹਿਰ ਇਹ ਰਾਜ ਬੱਬਰ ਸ਼ੇਰ ਵੀ ਆ ਗਿਆ ਕਾਪੀ ਰਾਜ ਫੂਲ ਕਾਪੀ ਬੱਬਰ ਸ਼ੇਰ ਔਰ ਇੱਧਰ ਸ਼ਾਨ ਗੁੱਜਰ ਨੂਰ 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 ਗੁੱਜਰ ਕਾਕਾ ਮਹਿਰ ਇਹ ਬਾਈ ਤਗੜਾ ਸਾਡੇ ਚੋਟੀ ਦੇ ਸੈੱਟ ਆਇਆ ਇਹ ਅੱਜ ਬੱਲੇ ਬੱਲੇ ਹੋਣੀ ਆ ਅੱਜ ਪਟਾਕੇ ਪਾਣੇ ਆ ਇਹ ਦੋਵੇਂ ਚੋਟੀ ਦੇ ਸੈੱਟ ਹੋਣਗੇ ਤਰਤਾਲੀ ਗਾਬੇ ਘਵਾਲੀ ਦਾ ਮੁਕਾਬਲਾ ਤਰਤਾਲੀ ਗਾਬੇ ਮੱਲਵਾਲ ਕਿਹੜਾ ਜਾਏਗਾ ਜਿੱਤ ਕੇ ਜਿੰਨੂੰ ਦੋਵੇਂ ਬੋਲਾ ਮੈਦਾਨ ਕਰੇਗਾ ਫੈਸਲਾ ਨੂਰ ਗੁੱਜਰ ਬੱਬਰ ਸ਼ੇਰ ਮੈਦਾਨ ਦੇ ਵਿੱਚ ਸ਼ਾਨ ਗੁੱਜਰ ਔਰ ਸੁਪਰ ਸਟਾਰ ਕਬੱਡੀ ਖਿਡਾਰੀ ਪਾਕਿਸਤਾਨ ਆਰਮੀ ਮਕਬੂਲ ਗੁੱਜਰ ਆਫ ਤਰਤਾਲੀ ਗਾਬੇ ਇਸ ਬੱਬਰ ਸ਼ੇਰ ਨੇ ਸਾਡੇ ਇਲਾਕੇ ਦਾ ਸ਼ੁਕਰ ਅਦਾ ਕੀਤਾ ਫਿਰ ਜੰਮੀ ਤੇ ਸਾਰੀ ਤਸਵੀਰ ਦਾ ਸ਼ੁਕਰ ਅਦਾ ਕੀਤਾ ਆਪਣੇ ਪਿੰਡ ਤਰਤਾਲੀ ਗਾਬੇ ਸ਼ੁਕਰ ਅਦਾ ਕੀਤਾ ਮਕਬੂਲ ਗੁੱਜਰ ਦੀ ਦੁਨੀਆ ਦੀਵਾਨੀ ਹੈਸ਼ਟੈਗ ਗੁੱਡੀ ਚੜ੍ਹੀ ਹੈ ਬੱਬਰ ਸ਼ੇਰ ਦੀ ਸਾਡਾ ਸੁਪਰ ਸਟਾਰ ਕਬੱਡੀ ਖਿਡਾਰੀ ਰੱਬ ਚੜ੍ਹਦੀ ਕਲਾ ਚ ਰੱਖੇ ਕਬੱਡੀ ਪਾਉਣ ਵਾਸਤੇ ਫਿਰ ਰਫਾਨ ਬੱਬਰ ਸ਼ੇਰ ਰਫਾਨ ਬੱਬਰ ਸ਼ੇਰ ਜਾਤੀ ਫਿਰ ਮੁੰਡੇ ਹੋ ਗਿਆ ਮੋੜੇ ਟੁੱਟ ਟੁੱਟ ਕੇ ਫੜਨਾ ਜੀਨ ਜੋ ਗਿਆ ਰਫਾਨ ਫਿਰ ਰਫਾਨ ਬੱਬਰ ਸ਼ੇਰ ਦਾ ਇੱਕ ਵਾਰੀ ਤਾਰੀ ਟਿਕਾ ਕੇ ਮਾਰੋ ਪੰਜਾਬੀਓ ਆਜੋ ਘਵਾਲੀ ਵਾਲੋ ਤੁਸੀਂ ਗਰਾਊਂਡ ਚ ਆਜੋ ਤਰਤਾਲੀ ਘਾਬੇ ਘਵਾਲੀ ਕਬੱਡੀ ਕਲੱਬ ਗਰਾਊਂਡ ਚ ਆਜੋ ਤਰਤਾਲੀ ਘਾਬੇ ਘਵਾਲੀ ਗਰਾਊਂਡ ਚ ਆਜੋ ਕਾਕਾ ਮਹਿਰ ਕਿਤੇ ਟੇਕੇ ਬਹਿ ਜਾ ਬੱਬਰ ਸ਼ੇਰਾ ਕਾਕਾ ਮਹਿਰ ਕਿਤੇ ਟੇਕੇ ਬਹਿ ਜਾ ਬੱਬਰ ਸ਼ੇਰਾ ਭੱਜਾ ਹੀ ਫਿਰਨਾ ਕੋਈ ਗਰਾਊਂਡ ਚ ਤੰਦੂਲ ਗੁੱਜਰ ਕਿਤੇ ਟੇਕੇ ਬਹਿ ਜਾ ਬੱਬਰ ਸ਼ੇਰਾ ਗਰਾਊਂਡ ਚ ਆਈ ਗਏ ਜੀ ਕਿਤੇ ਖਿਆਰ ਦਾ ਟੇਕੇ ਬਹਿ ਜਾ